कोटकपुरा गोलीकांड मामले में सुखबीर सिंह बादल नूं समन जारी होने तो बाद आम आदमी पार्टी की सरकार अकाली दल से हमलावर हो गई है। कैबिनेट मंत्री कुलदीप सिंह धालीवाल ने अकाली दल से इल्जाम लगाए ने कि अकाली दल पंथ के नाम से सियासत खेड रही है। जो साडे गुरु ते हमला हुंदा है, जो साडे गुरु दे अंगां दी बेअदबी हुंदी है ते सारो पीड़ दुनिया भर दे सिख कदी नहीं भुल सकदे। दखांत बहुत होए पंजाब दे विच, पर साढ़े 7 साल पहला जो कुछ साढ़े गुरु ना होया, साढ़े गुरु ग्रंथ साहब जी ना होया, वो असी ना भुलन वाली स्थिति दे विच आ, ना कदी भुलांगे। और उन्ना चिर तक लड़ाई जारी रहूगी जिन्ना चिर तक साडे गुरु दे अंगां दी बेअदबी करन वालियां नूं सजा नहीं मिल जांदी। साढ़े 7 साल पहला बरगाड़ी दे विच जो कुछ होया और सारी दुनिया नूं पता है। इश्तहार ला के, चैलेंज करके, पोस्टर ला के साडे गुरु दे अंगां नूं गलियां दे विच रोलिया गया। उदों तों बाद उहदे लई रोस प्रगट कर रहे शांतमई लोकां दे उत्ते कोटकपूरे विच जो कुछ होया, लोकां ते उदों फायदा होई जदों लोग पाठ कर रहे शांतमई बैठे सीगे और लोग शहीद भी होए, जख्मी भी होए। सो मैं तुहानूं इस करके सद्दिया कि इह जिहड़ा मसला है, जे पहलियां दोवें सरकारां सहमत हुंदियां जदों इह कांड होया उस समय प्रकाश सिंह बादल जी पंजाब दे मुख्यमंत्री सन, उस समय सूबे दे गृह मंत्री सरदार सुखबीर सिंह बादल सन, ओ नाल उप मुख्यमंत्री सन। पर इह बड़ी दुख दी गल है दोस्तो, जिस पार्टी ने अपने सारे इतिहास विच सिख धर्म दे नां ते वोटां लईआं होण, पंथ दे नां ते वोटां लईआं होण, जिहदा दफ्तर अमृतसर सिखां दी सब तों सुप्रीम जथेबंदी SGPC उत्थे होवे, जिहदी सारी सियासत SGPC जो चलदी होवे, उहदे हुंदिआं जिन्हां सिखां ने जिस गुरु दी कृपा नाल 5 बार बादल साहब पंजाब दे चीफ मिनिस्टर बने, जिस गुरु दी कृपा नाल सरदार सुखबीर सिंह बादल जी डिप्टी मुख्यमंत्री बने, गृह मंत्री बने, सब इतिहास याद रखूगा, लोग याद रखणगे, सिख याद रखणगे कि उन्हां नूं इत्थे कोई दर्द नहीं होया। जे उन्हां नूं दर्द हुंदा ते जदों इह कांड होया उन्हां दी 2.5 साल दी सरकार बाकी सीगी, जे उह कारवाई करदे जिन्हां ने गुरु दे अंगां दी बेअदबी कीती सी उह वी फड़े जा सकदे सीगे। और जिन्हां ने कोटकपूरा चौंक दे विच गोली चलवाई, गोली चली, ਉਹ ਵੀ ਅੱਜ ਤੱਕ ਲੋਕਾਂ ਨੂੰ ਜਵਾਬ ਨਹੀਂ ਮਿਲਿਆ। ਲੋਕ ਡੀਗਦੇ ਆ, ਕਿਦੋਂ ਦੱਸਿਆ ਜਾਊਗਾ? ਕੱਲ ਦੇ ਜਦੋਂ ਦੇ ਸੁਖਬੀਰ ਸਿੰਘ ਬਾਦਲ ਜੀ ਨੂੰ SIT ਨੇ ਸੰਮਣ ਜਾਰੀ ਕੀਤੇ, ਬਹੁਤ ਸਾਰੇ ਲੋਕਾਂ ਨੇ ਕਾਲਾਂ ਕੀਤੀਆਂ, ਬਹੁਤ ਸਾਰੇ ਲੋਕ ਪਹਿਲਾਂ ਸਾਡੇ ਦੇ ਸਵਾਲ ਵੀ ਕਰ ਰਹੇ ਸੀ ਕਿ ਤੁਸੀਂ ਇਸ ਮਸਲੇ ਤੇ ਚੁੱਪ ਕਿਉਂ ਜੋ। ਪਰ ਅਸੀਂ ਚੁੱਪ ਨਹੀਂ,
ਅਸੀਂ ਆਪਣੀ ਪੂਰੀ ਕਾਨੂੰਨੀ ਪ੍ਰਕਿਰਿਆ ਡੁੰਘਾਈ ਦੇ ਨਾਲ ਕਰ ਰਹੇ ਸੀਗੇ। ਅਸੀਂ ਲੋਕਾਂ ਨਾਲ ਵਾਅਦਾ ਕਰਕੇ ਆਏ, 2.5 ਸਾਲ ਉਹਨਾਂ ਦੇ ਲੰਘ ਗਏ, 5 ਸਾਲ ਕੈਪਟਨ ਅਮਰਿੰਦਰ ਸਿੰਘ ਜੀ ਕਰੀਬ 4.5 ਸਾਲ ਮੁੱਖ ਮੰਤਰੀ ਰਹੇ, ਉਹ ਵੋਟਾਂ ਇਸੇ ਨਾਂ ਤੇ ਲੈ ਕੇ ਆਏ ਸੀਗੇ, ਚੰਨੀ ਜੀ ਰਹੇ, ਕੁਛ ਨੀ ਹੋਇਆ, ਗੱਲਾਂ ਬਾਤਾਂ ਦਾ ਬੁੱਤਾ ਸਾਰਿਆ ਗਿਆ, ਕਿਉਂਕਿ ਦੋਵਾਂ ਦੀ ਆਪਸੀ ਸਾਂਝ ਸੀਗੀ, ਦੋਵੇਂ ਅੰਦਰੋਂ ਰਲੇ ਸੀਗੇ। ਫਿਲਹਾਲ ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ, ਬਣੇ ਰਹੋ ABP ਸਾਂਝਾ ਦੇ ਨਾਲ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਰਗਾੜੀ ਕਾਂਡ ਦੇ ਲਈ ਅਕਾਲੀ ਦਲ ਨੂੰ ਜ਼ਿੰਮੇਦਾਰ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲੋਕਾਂ ਨਾਲ ਵਾਅਦਾ ਕਰਕੇ ਆਈ ਸੀਗੀ ਕਿ ਅਸੀਂ ਬਰਗਾੜੀ ਵਿੱਚ ਜਿਨ੍ਹਾਂ ਨੇ ਗੁਰੂ ਦੇ ਅੰਗਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਵੀ ਫੜਾਂਗੇ, ਔਰ ਜਿਨ੍ਹਾਂ ਨੇ ਕੋਟਕਪੂਰੇ ਵਿੱਚ ਜਿਨ੍ਹਾਂ ਦੇ ਹੁਕਮਾਂ ਦੇ ਨਾਲ ਗੋਲੀ ਕਾਂਡ ਹੋਇਆ ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਕਰਾਂਗੇ। ਸੋ ਕੱਲ੍ਹ ਵਾਲੇ ਸੰਮਨ ਜਿਹੜੇ ਆ ਉਹਦੀ ਸ਼ੁਰੂਆਤ ਹੈ, ਕਿਉਂਕਿ ਉਸ ਸਮੇਂ ਸਰਦਾਰ ਸੁਖਬੀਰ ਸਿੰਘ ਹੋਣੀ ਗ੍ਰਹਿ ਮੰਤਰੀ ਸੀਗੇ। ਸਾਡਾ ਸਵਾਲ ਹੈ ਕਿ ਅੱਜ ਵੀ 7.5 ਸਾਲ ਬਾਅਦ ਲੋਕ ਇਹ ਸਵਾਲ ਕਰਦੇ ਆ, ਲੋਕ ਇਹ ਪੁੱਛਦੇ ਆ ਕਿ ਸਰ ਜੀ ਤੁਸੀਂ ਹੋਮ ਮਿਨਿਸਟਰ ਸੀਗੇ, ਸਾਨੂੰ ਦੱਸਿਆ ਜਾਵੇ ਕਿਹਦੇ ਹੁਕਮਾਂ ਨਾਲ ਗੋਲੀ ਚੱਲੀ, ਕਿਹਦੇ ਹੁਕਮਾਂ ਨਾਲ ਉਮਰਾ ਨੰਗਲ ਨੇ ਜਿਹੜੇ ਉਸ ਸਮੇਂ IG ਸੀਗੇ ਕਿਹਦੇ ਹੁਕਮਾਂ ਨਾਲ ਉੱਥੇ ਗੋਲੀ ਚਲਵਾਈ, ਕਿਉਂ ਨਹੀਂ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ, ਕਿਉਂ ਨਹੀਂ ਗਏ ਜਦੋਂ ਗੁਰੂ ਦੇ ਅੰਗ ਜਿਹੜੇ ਉਹਨਾਂ ਦੀ ਬੇਅਦਬੀ ਹੋਈ ਸੀਗੀ। ਇਹ ਸਵਾਲ ਅੱਜ ਵੀ ਬਰਕਰਾਰ ਹੈ ਸਰ, ਉਹਦੇ ਦੋਸ਼ੀ ਨੇ ਜਿਨ੍ਹਾਂ ਨੇ ਕਾਰਾ ਕੀਤਾ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਰਕਾਰ ਚੱਲਦੀ ਸੀਗੀ ਉਸ ਸਮੇਂ ਦੀ ਸਰਕਾਰ ਲਈ ਦੋਸ਼ੀ ਹੈ, ਉਸ ਸਮੇਂ ਦਾ ਹੋਮ ਮਿਨਿਸਟਰ ਦੋਸ਼ੀ ਹੈ, ਉਸ ਸਮੇਂ ਜਿਹੜੇ ਅਫਸਰ ਨੇ ਗੋਲੀ ਚਲਾਈ ਉਹ ਦੋਸ਼ੀ ਨੇ, ਕਿਉਂਕਿ ਸ਼ਾਂਤਮਈ ਧਰਨੇ ਦੇ ਵਿੱਚ ਬੈਠੇ ਲੋਕਾਂ ਤੇ ਗੋਲੀ ਚਲਾਉਣਾ ਇੱਕ ਬਹੁਤ ਵੱਡਾ ਅਪਰਾਧ ਸੀਗਾ, ਔਰ ਉਹ ਵੀ ਉਦੋਂ ਜਦੋਂ ਲੋਕ ਆਪਣੇ ਗੁਰੂ ਦੀ ਬੇਅਦਬੀ ਦੇ ਖਿਲਾਫ਼ ਸ਼ਾਂਤਮਈ ਅੰਦੋਲਨ ਕਰ ਰਹੇ ਸੀਗੇ। ਸੋ ਮੈਂ ਤੁਹਾਡੇ ਰਾਹੀਂ ਸਰਦਾਰ ਸੁਖਬੀਰ ਸਿੰਘ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਦੱਸੋ, ਪੰਜਾਬੀਆਂ ਨੂੰ ਇਹ ਗੱਲ ਸਪਸ਼ਟ ਕਰੋ, ਸਰ ਗੋਲੀ ਦੇ ਆਰਡਰ ਕਿੰਨੇ ਕੀਤੇ ਸੀਗੇ, ਗੋਲੀ ਕਿੱਦਾਂ ਚੱਲ ਗਈ, ਕਿਹੜਾ ਅਫਸਰ ਸੀਗਾ ਜਿਹਨੂੰ ਤੁਸੀਂ ਹੁਕਮ ਦਿੱਤੇ, ਕਿਹੜੇ ਅਫਸਰ ਨੇ ਅੱਗੇ ਗੋਲੀਆਂ ਚਲਾਈਆਂ, ਤੁਸੀਂ ਕਿਉਂ ਨੀ 2.5 ਸਾਲ ਉੱਥੇ ਕੁਛ ਕੀਤਾ, ਕਿਉਂ ਨੀ ਉਹ ਬੰਦੇ ਫੜ ਕੇ ਅੰਦਰ ਦਿੱਤੇ, ਕਿਉਂ ਨੀ ਉਹ ਬੰਦੇ ਫੜੇ। ਕਾਂਗਰਸ ਦੀ ਸਰਕਾਰ ਸੀਗੀ, ਜਿਹੜਾ ਇੱਕ ਗਵਾਹ, ਜਿਹੜਾ ਇੱਕ ਦੋਸ਼ੀ ਫੜਿਆ ਗਿਆ ਜਿਹਦੇ ਕਰਕੇ ਜਾਂਚ ਵੀ ਪ੍ਰਭਾਵਿਤ ਹੋਈ, ਮਹਿੰਦਰ ਸਿੰਘ ਉਹਦੀ ਜੇਲ੍ਹ ਚ ਮੌਤ ਹੋਈ, ਉਹ ਕਿੱਦਾਂ ਹੋਈ, ਕਿਸੇ ਦੇ ਉੱਤੋਂ ਪਰਦਾ ਨਹੀਂ ਚੁੱਕਿਆ। ਉਸ ਸਮੇਂ ਹੋਮ ਮਿਨਿਸਟਰ ਰੰਧਾਵਾ ਸਾਹਿਬ ਸੀਗੇ। ਇਹ ਜਿਹੜੀਆਂ ਚੀਜ਼ਾਂ ਇਹ ਸਵਾਲ ਖੜੇ ਕਰਦੀਆਂ, ਮੈਂ ਉਹੀ ਸਵਾਲ ਤੁਹਾਡੇ ਥਰੂ ਕਰ ਰਿਹਾ, ਔਰ ਮੈਂ ਲੋਕਾਂ ਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਕਹਿਣਾ ਕਿ ਜਿਸ ਉਮੀਦ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਜਿਸ ਉਮੀਦ ਦੇ ਨਾਲ ਤੁਸੀਂ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ, ਤੁਹਾਡੇ ਨਾਲ ਸਰ ਵਾਅਦਾ ਕੀਤਾ ਸੀਗਾ, ਅਸੀਂ ਉਹ ਵਾਅਦਾ ਪੂਰਾ ਕਰਨ ਜਾ ਰਹੇ ਹਾਂ। ਅਸੀਂ ਬਾਕੀ ਵੀ ਕੀਤੇ, ਅਜੇ ਤਾਂ 5 ਮਹੀਨੇ ਹੋਏ ਆ, ਉਹ ਤਾਂ 7.5 ਸਾਲ ਕੱਢ ਕੇ ਚਲੇ ਗਏ, ਪਰ ਅਸੀਂ ਪਹਿਲੇ 5 ਸਾਲਾਂ ਦੇ ਵਿੱਚ ਹੀ ਆਪਣੀ ਕਾਰਵਾਈ ਜਿਹੜੀ ਉਹ ਸ਼ੁਰੂ ਕੀਤੀ ਹੈ, ਔਰ ਮੈਂ ਤੁਹਾਡੇ ਰਾਹੀਂ ਸਭ ਪੰਜਾਬੀਆਂ ਨੂੰ, ਪੰਜਾਬ ਨਿਵਾਸੀਆਂ ਨੂੰ, ਸਭ ਸਿੱਖਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਦੀ ਵੀ ਨਹੀਂ ਬਖਸ਼ਾਂਗੇ। ਮਾਨ ਸਾਹਿਬ ਦੀ ਸਰਕਾਰ ਉਹਨੂੰ ਸਜ਼ਾ ਦਊਗੀ ਉਹਨਾਂ ਨੂੰ, ਔਰ ਜਿਨ੍ਹਾਂ ਨੇ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਕੀਤਾ ਉਹਨਾਂ ਨੂੰ ਸਭ ਨੂੰ ਫੜ ਕੇ ਜੇਲ੍ਹਾਂ ਚ ਜਿਹੜਾ ਉਹ ਬੰਦ ਕਰਾਂਗੇ। ਮੈਂ ਤੁਹਾਡੇ ਥਰੂ ਜਿਹੜਾ ਇਹ ਕਹਿਣ ਆਇਆ ਸੀ ਕਿ ਥੋੜਾ ਟਾਈਮ
लग गया जा हो सकता थोड़ा टाइम होर लग जाए पर मान साहब की सरकार की नीति ते नीयत बिल्कुल क्लीयर है जेड़ी चीज एक एक शब्द जेड़ा कह के आए लोगों नूं वोटां लैण लग्या वह हर शब्द के उत्ते पहरा दिता जाऊगा हर शब्द जेड़ा चाहे कोई गरंटी है चाहे कुछ है हर शब्द जेड़ा वह पूरा किया जाऊगा वक्त जेड़ा अजे तो बहुत थोड़ा होया आने वाले समय दे विच बहुत कुछ तुहानूं नजर आऊगा फिलहाल समय एक छोटे जे ब्रेक दा ब्रेक दे उस पार सुनावांगे कि सुखबीर सिंह बादल ने बेअदबी मामले विच उन्हां ते लग रहे इल्जामां ते की जवाब दित्ता है।